ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਛੋਲੀਏ ਵਾਲੇ ਰੋਟੀਆਂ ਲਾਵਾਂਗੇ ਮਿੱਸੀਆਂ। ਤੇ ਆਪਾਂ ਪਹਿਲਾਂ ਕੀ ਕਰਿਆ, ਛੋਲੀਆ ਲਿਆ, ਛੋਲੀਆ ਮੈਂ ਕੱਢ ਲਿਆ ਸੀ, ਧੋ ਲਿਆ ਸੀ ਤੇ ਚਾਰ ਪੰਜ ਹਰੀਆਂ ਮਿਰਚਾਂ ਲਈਆਂ ਨੇ। ਤੇ ਪਹਿਲਾਂ ਆਪਾਂ ਕੁੰਡੇ ਦੇ ਵਿੱਚ ਹਰੀਆਂ ਮਿਰਚਾਂ ਪਾ ਕੇ ਤੇ ਛੋਲੀਆ ਪਾ ਕੇ ਰਗੜ ਲੈਂਦੇ ਹਾਂ। ਤੇ ਫਿਰ ਆਪਾਂ ਬੇਸਣ ਦੇ ਵਿੱਚ ਪਾ ਕੇ ਇਹਦਾ ਪੇਸਟ ਤਿਆਰ ਕਰਾਂਗੇ ਜਿਹੜਾ ਆਪਾਂ ਰੋਟੀਆਂ ਦੇ ਉੱਤੇ ਲਾਵਾਂਗੇ। ਤੇ ਬਹੁਤ ਹੀ ਸਵਾਦ ਬਣਦੀਆਂ ਨੇ ਛੋਲੀਆ ਵਾਲੇ ਰੋਟੀਆਂ, ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਤੇ ਤੁਹਾਡੀਆਂ ਰੋਟੀਆਂ ਕਿਵੇਂ ਦੀ ਬਣਿਆ ਉਹ ਵੀ ਮੈਨੂੰ ਕਮੈਂਟ ਬਾਕਸ ਜ਼ਰੂਰ ਦੱਸਣਾ। ਤੇ ਇੱਕ ਮੈਨੂੰ ਪਹਿਲਾਂ ਕਮੈਂਟ 'ਚ ਪੁੱਛਿਆ ਸੀਗਾ, ਇਹ ਮੇਰੇ ਬਹੁਤ ਹੀ ਪਿਆਰੇ ਵਿਊਵਰਸ ਜਿਹੜੇ ਦੇਖਦੇ ਨੇ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕੀ ਕਹਿੰਦੇ ਤੁਸੀਂ? ਤੇ ਅਸੀਂ ਇੱਧਰ ਆਪਣੇ ਪੰਜਾਬ ਦੇ ਵਿੱਚ ਇਹਨੂੰ ਕੁੰਡਾ ਕਹਿੰਦੇ ਹਾਂ ਤੇ ਇਹਨੂੰ ਘੋਟਾ ਕਹਿੰਦੇ ਹਾਂ। ਇਹ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅਲੱਗ ਅਲੱਗ ਕਿਹਾ ਜਾਂਦਾ, ਕਿਤੇ ਕੁੰਡਾ ਕਿਤੇ ਸੋਟਾ, ਇਹਨੂੰ ਘੋਟੇ ਨੂੰ ਸੋਟਾ ਵੀ ਕਹਿ ਦਿੰਦੇ ਨੇ। ਤੇ ਤੁਸੀਂ ਵੀ ਜ਼ਰੂਰ ਦੱਸਣਾ ਵੀ ਤੁਸੀਂ ਤੁਹਾਡੇ ਇੱਧਰ ਇਹਨੂੰ ਕੀ ਕਹਿੰਦੇ ਨੇ, ਕਮੈਂਟ ਬਾਕਸ ਜ਼ਰੂਰ ਦੱਸਣਾ ਤਾਂ ਕਿ ਮੇਰੇ ਵੀ ਜਿਹੜੀ ਜਾਣਕਾਰੀ ਦੇ ਵਿੱਚ ਵਾਧਾ ਹੋ ਜਾਵੇ ਵੀ ਕੀ ਕਹਿੰਦੇ ਨੇ ਇਹਨੂੰ ਕਿਹੜੇ ਕਿਹੜੇ ਇਲਾਕੇ ਦੇ ਵਿੱਚ। ਅਤੇ ਆਪਾਂ ਹੁਣ ਮਿਰਚਾਂ ਪਾ ਲਈਆਂ ਨੇ, ਮਿਰਚਾਂ ਦੇ ਪਾ ਕੇ ਫਿਰ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ। ਨਮਕ ਤੁਸੀਂ ਟੇਸਟ ਦੇ ਅਕੋਰਡਿੰਗ ਘੱਟ ਵੱਧ ਪਾ ਸਕਦੇ ਹੋ, ਮੈਂ ਇੱਥੇ 2 ਚਮਚ ਨਮਕ ਪਾਊਂਗੀ। ਅਤੇ ਨਮਕ ਪਾ ਕੇ ਜਾ ਕੇ ਮਿਰਚ ਜਿਹੜੀ ਆ ਜਲਦੀ ਰਗੜੀ ਜਾਂਦੀ ਹੈ, ਅਤੇ ਬਾਕੀ ਮਸਾਲੇ ਆਪਾਂ ਬਾਅਦ 'ਚ ਪਾਵਾਂਗੇ। ਦੇਖੋ ਆਪਾਂ ਮਿਰਚ ਰਗੜ ਲਈ ਆ, ਹੁਣ ਆਪਾਂ ਇਹਦੇ ਵਿੱਚ ਛੋਲੀਆਂ ਪਾਵਾਂਗੇ ਅਤੇ ਛੋਲੀਆਂ ਨੂੰ ਚੰਗੀ ਤਰ੍ਹਾਂ ਰਗੜ ਲਾਂਗੇ, ਕਿਉਂਕਿ ਦੇਖੋ ਛੋਲੀਆਂ ਵੀ ਰੁੱਤ ਦਾ ਮੇਵਾ ਹੁੰਦਾ, ਇਹ ਥੋੜ੍ਹਾ ਟਾਈਮ ਹੀ ਰਹਿੰਦਾ, ਇਸ ਕਰਕੇ ਇਹਦੀਆਂ ਰੋਟੀਆਂ ਬਣਾ ਜਿਹੜੀਆਂ ਹੁਣ ਅਸੀਂ ਇਹਨੂੰ ਸਬਜ਼ੀ ਵੀ ਬਣਾ ਲਈਏ, ਰੋਟੀ ਵੀ ਬਣਾ ਲਈਏ, ਅਤੇ ਰਗੜਵਾਂ ਛੋਲੀਆਂ ਵੀ ਸਾਡੇ ਬਣਾਉਂਦੇ ਨੇ, ਉਹਦੀ ਰੈਸਪੀ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗੀ। ਆਹ ਦੇਖੋ ਛੋਲੀਆ ਆਪਣਾ ਰਗੜਿਆ ਗਿਆ, ਅਤੇ ਹੁਣ ਆਪਾਂ ਇਹਨੂੰ ਇੱਧਰ ਬੇਸਣ ਦੇ ਵਿੱਚ ਇਹਦਾ ਪੇਸਟ ਤਿਆਰ ਕਰਦੇ। ਆਪਾਂ ਨਮਕ ਇਹਦੇ ਵਿੱਚ ਪਾ ਹੀ ਲਿਆ ਸੀਗਾ ਪਹਿਲਾਂ, ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਲਾਲ ਮਿਰਚ। ਮਿਰਚ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ, ਅਤੇ ਧਨੀਆ ਪਾਊਡਰ ਅਤੇ ਥੋੜ੍ਹੀ ਜਿਹੀ ਹਲਦੀ। ਅਤੇ ਹੁਣ ਆਪਾਂ ਇਹਦੇ 'ਚ ਪੇਸਟ ਪਾ ਕੇ ਅਤੇ ਇਹਦਾ ਆਪਾਂ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਛੋਲੀਆਂ ਪਾ ਕੇ ਇਹਦਾ ਪੇਸਟ ਤਿਆਰ ਕਰਦੇ। ਪੇਸਟ ਆਪਾਂ ਬਾਹਲਾ ਪਤਲਾ ਨਹੀਂ ਬਣਾਉਣਾ, ਕਿਉਂਕਿ ਆਪਾਂ ਰੋਟੀ ਦੇ ਉੱਪਰ ਲਾਉਣਾ ਅਤੇ ਇਹਦਾ ਪੇਸਟ ਜਿਹੜਾ ਆਟੇ ਵਾਂਗੂ ਹੀ ਬਣਾਉਣਾ ਆਪਾਂ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਗੁੰਨਣਾ ਇਹਨੂੰ, ਤਾਂ ਕਿ ਆਪਣਾ ਜਿਹੜਾ ਘੋਲ ਆ ਉਹ ਪਤਲਾਣਾ ਹੋ ਜਾਵੇ। ਆ ਦੇਖੋ ਇਸ ਤਰ੍ਹਾਂ ਆਪਾਂ ਇਹਦਾ ਆਟਾ ਜਿਹੜਾ ਤਿਆਰ ਕਰ ਲਿਆ। ਹੁਣ ਆਪਾਂ ਪੇੜੇ ਕਰਕੇ ਉਹਦੇ ਉੱਤੇ ਲਾਵਾਂਗੇ। ਇੱਧਰ ਆਪਾਂ ਦੇਖੋ ਆਪਾਂ ਪੇਸਟ ਤਿਆਰ ਕਰਕੇ ਰੱਖ ਲਿਆ, ਆਟਾ ਵੀ ਗੁੰਨ ਲਿਆ, ਅਤੇ ਆਪਾਂ ਇਹਦੇ ਪੇੜੇ ਕਰਾਂਗੇ। ਉਨਾ ਚਿਰ ਆਪਾਂ ਤੰਦੂਰ ਵੀ ਬਾਲਣ ਵਾਸਤੇ ਲਾਤਾ, ਕਿਉਂਕਿ ਤੰਦੂਰ ਨੂੰ ਤਪਣ 'ਚ ਟਾਈਮ ਲੱਗ ਜਾਂਦਾ, ਜਦੋਂ ਤੱਕ ਆਪਣਾ ਤੰਦੂਰ ਤਪੂਗਾ ਉਨਾ ਚਿਰ ਆਪਾਂ ਪੇੜੇ ਕਰ ਲੈਂਦੇ ਹਾਂ।
पेड़े थोड़े थोड़े फैला के रखने ने ता कि आपां मसाला लावांगे बेसन वाला। पेड़े कर लिया आपां, तेन थोड़ा थोड़ा आपां फैला लिया। हुण आपां जिहड़ा इह बेसन दा ते छोलिए दा पेस्ट बनाया है ना आटा, वह इहदे उपर लगावांगे। तो इहनू भी ऐं ही लगाउणा है उपर उपर एक जड़े इनू थोड़ा थोड़ा फैला फैला के लाना है ताकि सारे पेड़े के उत्ते लग जाए। एक बारी तुसी एवें दी रोटियां खादियां तो तुहानू वार वार एवें दी रोटियां मिस्सी रोटियां बनाउण नू जी करिया करूगा, तो एक बारी जरूर ट्राई करना। इनू थोड़ा जा आप पहला फैला लांगे, जे तुहानू तंदूर ते रोटी लाउणी नहीं आउंदी तां इनू थोड़ा जा पहला इस तरह आपके हत्थां दे नाल ही फैला लो, ते फिर इनू पानी हाथ ला के इस तरह हौली हौली रखो। आ चीज़ से दबा जरा ज़्यादा दो ता कि जी अपनी साइडा ने मोटिया ना रह जाए। इधर एक हाथ से पानी लावे ता कि अपनी रोटी जी जल्दी जल्दी तंदूर